A South Asian Canadian channel. लंघे दिनी पटियाला दे तफजलपुरा विखे दिन दिहाड़े 70 साल एक बुजुर्ग औरत दे कतल दा मामला सामने आया सी। पुलिस ने 3 दिन अंदर ही मामला सुलझाउण दा दावा कीता है। पुलिस जांच विच औरत दी नूं वल्लों ही उसका कतल करन दा खुलासा कीता गया। डीएसपी सिटी 2 मोहित अग्रवाल ने दस्या कि लंघे दिनी बुजुर्ग औरत दे कतल मामले विच एसएसपी डॉक्टर संदीप गर्ग दे दिशा निर्देशां हेठ थाना अर्बन स्टेट पुलिस दी टीम वल्लों मामले दी डूंघाई नाल जांच कीती जा रही है। पुलिस वल्लों 3 दिनां दे अंदर ही कतल दी गुत्थी नूं सुलझा लिया गया। बुजुर्ग औरत दा कतल उस दिन नूं मुलजम निर्मल कौर वल्लों कपड़े धोण वाली थापी दे नाल कीता गया सी। दसना बनदा है कि लंघे दिन घर विच ही बुजुर्ग औरत दा कतल कर दिता गया सी ते घर विचों करीब 20,000 रुपए दी नकदी ते कुछ गहने चोरी करके शिकायत दित्ती गई सी। जिहड़ा बीते दिन ही सुरजीत कौर जिहड़े 70 साल दे बुजुर्ग लेडी सी तफजलपुरा दे विच उन्हां दा जिहड़ा हैगा घरे डेड बॉडी मिली सी सानूं खून दे नाल लथपथ। तां इहदे संबंध दे विच असीं अर्बन स्टेट थाणा वल्लों FIR नंबर 5-302 दे तहत लॉज कीती गई सीगी। ਇਹ ਜਿਹੜੀ FIR ਅਸੀਂ ਲੌਂਚ ਕੀਤੀ ਸੀਗੀ ਇਹਦੀ ਤਫਤੀਸ਼ ਕਰਦੇ ਹੋਏ ਅੱਜ ਅਸੀਂ ਜਿਹੜੀ ਹੈਗੀ ਸਾਡੀ ਅਰਬਨ ਸਟੇਟ ਥਾਣਾ ਦੀ ਟੀਮ ਵੱਲੋਂ ਸਿਟੀ 2 ਸਬ ਡਿਵੀਜ਼ਨ ਵੱਲੋਂ SSP ਸਾਹਿਬ ਅਤੇ SP ਸਿਟੀ ਸਾਹਿਬ ਦੇ ਜਿਹੜੀ ਹੈਗੀ ਹੈ ਡਾਇਰੈਕਸ਼ਨਸ ਦੇ ਅੰਡਰ ਕਾਰਵਾਈ ਕਰਦੇ ਹਾਂ। ਇਹ ਗੁੱਥੀ ਨੂੰ ਸੁਲਝਾ ਲਿਆ ਗਿਆ। ਇਸ ਗੁੱਥੀ ਨੂੰ ਸੁਲਝਾਉਣ ਤੋਂ ਬਾਅਦ ਜੋ ਗੱਲ ਸਾਹਮਣੇ ਆਈ ਹੈ ਇਹ ਕਤਲ ਉਸਦੀ ਨੂੰਹ ਦੁਆਰਾ ਕੀਤਾ ਗਿਆ ਨਿਰਮਲ ਕੌਰ ਵੱਲੋਂ। ਜਿਹੜੀ ਨਿਰਮਲ ਕੌਰ ਹੈ ਉਸਦੀ ਨੂੰਹ ਹੈ ਉਹਦੇ ਵੱਲੋਂ ਕੱਪੜੇ ਧੋਣ ਵਾਲੀ ਥਾਪੀ ਦੇ ਨਾਲ ਜਿਹੜੀ ਬਜ਼ੁਰਗ ਮਾਤਾ ਦਾ ਜਿਹੜਾ ਹੈਗਾ ਕਤਲ ਕੀਤਾ ਗਿਆ ਸੀਗਾ। ਕਾਰਨ ਕਿਉਂ ਕੁਛ ਘਰ ਦੇ ਵਿੱਚ ਥੋੜ੍ਹਾ ਵਾਦ ਵਿਵਾਦ ਚੱਲਦਾ ਸੀਗਾ ਉਸ ਦਿਨ ਕੁਛ ਵੱਧ ਗਿਆ। ਸੁਰਜੀਤ ਕੌਰ ਜਿਹੜੀ ਆਪਣੀ ਇਹ ਨਿਰਮਲ ਕੌਰ ਹੈ ਇਹ ਆਪਣੇ ਜੋ ਹੈ ਗੁੱਸੇ 'ਤੇ ਤੋਂ ਕਾਬੂ ਨਹੀਂ ਹੋਇਆ ਅਤੇ ਉਹ ਲੜਦੇ ਹੋਏ ਮਾਤਾ ਜਿਹੜੀ ਹੈਗੀ ਹੈ ਇਹਦੇ ਤੋਂ ਧੱਕਾ ਵਗੈਰਾ ਵਜਾ ਧੱਕਾ ਮੁੱਕੀ ਦੇ ਵਿੱਚ ਮਾਤਾ ਪਹਿਲਾਂ ਬੈੱਡ ਦੇ ਨਾਲ ਸਿਰ ਭੱਜਿਆ ਉੱਥੇ ਖੂਨ ਲਥਪਥ ਹੋ ਗਈ। ਤਾਂ ਇਹਨੂੰ ਡਰ ਸੀਗਾ ਕਿ ਕਿਤੇ ਜਿਹੜਾ ਹੈਗਾ ਹੋਰ ਜਿਹੜਾ ਮੇਰੇ 'ਤੇ ਕੋਈ ਕਾਰਵਾਈ ਨਾ ਹੋਵੇ ਉਹ ਇਹਨੇ ਦੇਖਿਆ ਨਹੀਂ ਉਸ ਚੀਜ਼ ਨੂੰ ਕਿ ਮੈਂ ਇਸ ਤੋਂ ਵੱਡਾ ਜਿਹੜਾ ਹੈਗਾ ਗੁਨਾਹ ਕਰਨ ਜਾ ਰਹੀ ਹਾਂ। ਇਹਨੇ ਪਾਥੀ ਚੱਕੀ ਅਤੇ ਉਸ ਲੜਾਈ ਦੇ ਦੌਰਾਨ ਮਾਤਾ ਦੇ ਸਿਰ ਦੇ ਵਿੱਚ ਕਈ ਪਾਥੀਆਂ ਮਾਰੀਆਂ ਅਤੇ ਮੂੰਹ ਦੇ ਉੱਤੇ ਦੇ ਸਿਰ ਦੇ ਉੱਤੇ ਜਿਹਦੇ ਨਾਲ ਮਾਤਾ ਦਾ ਜਿਹੜਾ ਹੈਗਾ ਮੌਕੇ ਦੇ ਉੱਤੇ ਡੈਥ ਹੋ ਗਈ। A South Asian Canadian channel.